ਅੱਜ ਦੇ ਜਿਹੜਾ 6 ਜੂਨ ਦਾ ਘੱਲੂਘਰ ਆ ਇਹ ਸੰਬੰਧ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਆਵਾਜ਼ੇ ਕੌਮ ਦੇ ਜਿੰਨੇ ਵੀ ਦਰਸ਼ਕ ਨੇ ਗੁਰੂ ਕੇ ਪਿਆਰੇ, ਉਹਨਾਂ ਨੂੰ ਆਵਾਜ਼ੇ ਕੌਮ ਦੇ ਰਾਹੀਂ ਅੱਜ ਉਹ 6 ਜੂਨ 1984 ਦਾ ਘੱਲੂਘਰ ਹੈ ਜਿਹਦੇ ਜ਼ਖਮ ਅਸੀਂ ਜਾਣ ਬੁੱਝ ਕੇ ਅੱਲੇ ਰੱਖੇ ਹੋਏ ਆ, ਜਿਹੜੇ ਜ਼ਖਮਾਂ ਨੂੰ ਅਸੀਂ ਆਰਾਮ ਨਹੀਂ ਆਉਣ ਦੇਣਾ। ਔਰ ਦੁਨੀਆਂ ਦਾ ਕੋਈ ਵੀ ਰੋਗ ਹੈ ਜਾਂ ਕੋਈ ਵੀ ਇਹੋ ਜਿਹੀ ਜ਼ਖਮ ਹੈ, ਉਹ ਚਾਹੁੰਦੇ ਆ ਇਹਨੂੰ ਜ਼ਖਮ ਨੂੰ ਆਰਾਮ ਆ ਜਾਏ, ਪਰ ਸਿੱਖ ਕੌਮ ਇੱਕ ਹਰ ਸਾਲ 6 ਜੂਨ ਨੂੰ ਆ ਕੇ, 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਜ਼ਖਮ ਨੂੰ ਅਸੀਂ ਆਪ ਅਚੇੜਦੇ ਹਾਂ, ਕਿਉਂਕਿ ਇਹ ਉਦੋਂ ਤੱਕ ਅਸੀਂ ਅੱਲੇ ਰੱਖਣੇ ਆ ਜਦੋਂ ਤੱਕ ਅਸੀਂ ਆਪਣੇ ਕੌਮੀ ਘਰ ਵਿੱਚ ਪ੍ਰਵੇਸ਼ ਨਹੀਂ ਕਰ ਜਾਂਦੇ। ਔਰ ਆਪਣੇ ਦੇਸ਼ ਵਿੱਚ ਸਾਡੇ ਆਪਣੇ ਦੇਸ਼ ਵਿੱਚ ਸਾਨੂੰ ਬਗਾਨਿਆਂ ਵਾਂਗ ਰਹਿਣਾ ਪੈ ਰਿਹਾ। ਇਹ ਜਿੰਨਾ ਵੀ 1984 ਦਾ ਘੱਲੂਘਰ ਹੋਇਆ ਉਹ 1978 ਤੋਂ ਲੈ ਕੇ 92 ਤੱਕ ਜਿਹੜਾ ਵੀ ਵੱਡਾ ਘੱਲੂਘਰ ਹੋਇਆ ਉਹਦੇ ਵਿੱਚ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ, ਜਾਣ ਬੁੱਝ ਕੇ ਸਿੱਖਾਂ ਨੂੰ ਮਾਰਿਆ ਗਿਆ, ਲਤਾੜਿਆ ਗਿਆ, ਉਹਨਾਂ ਦਾ ਗਲ ਘੁੱਟਿਆ ਗਿਆ। ਔਰ ਗਲ ਘੁੱਟ ਕੇ ਉਲਟਾ ਸਾਨੂੰ ਹੀ ਕਹਿੰਦੇ ਰਹੇ ਕਿ ਅੱਖਾਂ ਕੱਢ ਕੇ ਡਰਾਉਂਦੇ ਹੋ, ਜਿਸ ਦੇਸ਼ ਵਿੱਚ ਅਸੀਂ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਣ, ਜਿਸ ਦੇਸ਼ ਦੇ ਸੰਵਿਧਾਨ ਨੂੰ ਅਸੀਂ ਮੰਨਦੇ ਹੋਈਏ, ਜਿਸ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ ਹੋਵੇ, ਜਿਸ ਦੇਸ਼ ਨੂੰ ਅਸੀਂ ਜਾਨਾਂ ਮਾਰ ਕੇ ਗੋਰਿਆਂ ਨੂੰ ਬਾਹਰ ਕੱਢ ਕੇ ਉਹ ਦੇਸ਼ ਦੀਆਂ ਬਾਗ ਡੋਰਾਂ ਉਹਨਾਂ ਹੁਕਮਰਾਨਾਂ ਨੂੰ ਸਮਾਈਆਂ ਹੋਣ, 80% ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹੋਣ ਉਹਨਾਂ ਦੇਸ਼, ਹੁਣ ਉਸੇ ਦੇਸ਼ ਵਿੱਚ ਸਾਡੇ ਹੀ ਧਾਰਮਿਕ ਅਸਥਾਨ ਦੇ ਉੱਤੇ ਟੈਂਕਾਂ ਤੋਪਾਂ ਜਾਰੀਆਂ ਹੋਈਆਂ ਹੋਣ, ਉਹ ਜ਼ਖਮ ਸਾਡੇ ਕਦੇ ਆਰਾਮ ਨਹੀਂ ਅਸੀਂ ਆਉਣ ਦੇਣੇ, ਅੱਲੇ ਰੱਖਣੇ ਆ। ਔਰ ਜਦੋਂ ਤੱਕ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਬਹੁਤ ਦੁਖਾਂਤ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ਵਿੱਚ ਸਾਡੀ ਹੀ ਫੌਜਾਂ ਸਾਡੇ ਉੱਤੇ ਹੀ ਟੈਂਕ ਤੋਪਾਂ ਚਾੜੇ ਤੇ ਲਤਾੜੇ ਗਏ ਹੋਣ। ਔਰ ਮੇਰੇ ਖਿਆਲ ਦੇ ਨਾਲ ਸਾਨੂੰ ਇਸ ਸਾਰੀ ਜਿੰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਰਹਿੰਦੀਆਂ। ਹਾਂਜੀ ਬਾਬਾ ਜੀ, ਜਿੱਦਾਂ 35 ਸਾਲ ਬਰੇ ਬੀਤ ਜਾਣ ਬਾਅਦ ਜਿਹੜੀ ਸੋਚ ਆ ਪੰਜਾਬ ਦੇ ਵਿੱਚ ਹੋ ਰਿਹਾ ਤੇ ਵਿਦੇਸ਼ਾਂ ਚ ਹੋ ਰਿਹਾ, ਇਹਨੂੰ ਇੱਕ ਕਿੱਦਾਂ ਕੀਤਾ ਜਾਏ? ਦੇਖੋ, ਮਤ ਭੇਦ ਬਣਨੇ ਸੁਭਾਵਿਕ ਨੇ। ਸਰਦਾਰ ਰਘਵੀਰ ਸਿੰਘ ਜੀ ਨੇ ਇਹ ਸਵਾਲ ਕੀਤਾ, ਇਹਨਾਂ ਨੂੰ ਇੱਕ ਕਿਵੇਂ ਕੀਤਾ ਜਾਵੇ? ਮੇਰੇ ਖਿਆਲ ਨਾਲ ਮਤ ਭੇਦ ਹੋਣਾ ਜਿੰਦੀਆਂ ਜਾਗਦੀਆਂ ਕੌਮਾਂ ਵਿੱਚ ਸੁਭਾਵਿਕ ਹੈ, ਆਪਸ ਵਿੱਚ ਸਿਧਾਂਤਕ ਕੋਈ ਲੜਾਈ ਮਤ ਭੇਦ ਹੋਣ ਸੁਭਾਵਿਕ ਨੇ। ਪਰ ਮੇਰੇ ਖਿਆਲ ਦੇ ਨਾਲ ਜੇ ਇੱਕ ਦੀ ਗੱਲ ਕਰਨੀ ਹੈ ਅਸੀਂ, ਤਾਂ ਇਹਦੇ ਵਿੱਚ ਸਾਨੂੰ ਇੱਕ ਮੈਥਡ, ਇੱਕ ਤਰੀਕਾ, ਇੱਕ ਯੁਗਤੀ ਅਪਣਾਉਣੀ ਪੈਣੀ ਆ। ਜਿੰਨੀਆਂ ਸੰਪਰਦਾਵਾਂ ਨੇ, ਜਿੰਨੀਆਂ ਟਕਸਾਲਾਂ ਨੇ, ਜਿੰਨੇ ਵੀ ਟਰੱਸਟ ਨੇ, ਛੋਟੇ ਮਿੱਟੇ ਅਦਾਰੇ ਨੇ, ਅਸਥਾਨ ਨੇ, ਕਿਸੇ ਰੂਪ ਵਿੱਚ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਪੂਰੀ ਸੰਗਤ ਨੂੰ ਇਹ ਸਮਝਣਾ ਪੈਣਾ ਕਿ ਗੁਰੂ ਨਾਨਕ ਦੀ ਸੰਗਤ ਹੈ। ਦੂਸਰਾ, ਅਸੀਂ ਸਭ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਤੀਸਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਸੱਚੇ ਪਾਤਸ਼ਾਹ ਜੀ, ਸੋਢੀ ਸੰਤਾਲ ਪਿਤਾ ਜੀ ਨੇ, ਔਰ ਮਾਤਾ ਸਾਹਿਬ ਕੌਰ ਜੀ ਦੇ ਅਸੀਂ ਪੁੱਤਰ ਹਾਂ, ਸਤਿਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਨੇ। ਇਸ ਸਿਧਾਂਤ ਤੇ ਅਸੀਂ ਜੇ ਤੁਰਾਂਗੇ, ਚੱਲਾਂਗੇ, ਮੰਨਾਂਗੇ, ਤਾਂ ਅਸੀਂ ਸਾਡੀ ਇੱਕ ਮਤ ਹੋ ਸਕਦੀ ਹੈ, ਕਿਉਂਕਿ ਆਪਣੀ ਆਪਣੀ ਮਤ ਤਿਆਗ ਕੇ ਜਿਹਦੇ ਗੁਰ ਮਤ ਦੀ ਮਤ ਲੈ ਲਈ, ਗੁਰੂ ਮਤ ਦੇ ਸਿਧਾਂਤ ਲੈ ਲਿਆ, ਉਹਦੇ ਸੁਭਾਵਕ ਹੈ, ਉਹਦੇ ਉਮੀਦ ਹੈ ਕਿ ਅਸੀਂ ਇੱਕ ਮੰਜ਼ਿਲ ਵੱਲ ਇੱਕ ਕਦਮ ਪੁੱਟ ਸਕਦੇ ਹਾਂ। ਪਹਿਲਾ ਉਹ ਵੀ ਗੁਰੂ ਅੱਗੇ ਅਰਦਾਸ ਕਰਦੇ ਹਾਂ, ਗੁਰੂ ਗਰੀਬ ਨਿਵਾਜ, ਤੇਰੇ ਪੰਥ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖ, ਤੇ ਪੰਥ ਨੂੰ ਸ਼ਾਂਤੀ, ਪਿਆਰ, ਸੁਭਾਗ ਤੇ ਬਰਕਤਾਂ ਬਖਸ਼, ਰੱਬੀ ਰਹਿਮਤਾਂ ਤੇ ਦਰਗਾਹੀ ਰਹਿਮਤਾਂ ਦੀ ਲੋੜ ਹੈ ਇਸ ਟਾਈਮ। ਔਰ ਇੱਕ ਦੂਜੇ ਨਾਲ ਕਦਮ ਤੇ ਕਦਮ ਮਿਲਾ ਕੇ ਚੱਲਣ ਚਾਹੀਦਾ, ਗੁਰੂ ਜੀ ਤੇ ਸੰਕਾ ਬਾਣੀ ਤੇ ਸੰਕਾ ਨਾ ਕਰਦੇ ਹੋਏ ਗੁਰੂ ਦੇ ਸਿਧਾਂਤ ਨੂੰ ਮੰਨਦੇ, ਗੁਰ ਕਹਿਆ ਸਾਕਾਰ ਕਮਾਰੋ, ਗੁਰ ਕੀ ਕਰਨੀ ਕਾਹੇ ਧਾਰੋ, ਇਹ ਸਿਧਾਂਤ ਉੱਤੇ ਚੱਲ ਕੇ ਭਾਈ ਰਘਵੀਰ ਸਿੰਘ ਜੀ, ਸਰਦਾਰ ਰਘਵੀਰ ਸਿੰਘ ਜੀ, ਅਸੀਂ ਇੱਕ ਮਤ ਹੋ ਸਕਦੇ ਹਾਂ। ਕੋਸ਼ਿਸ਼ਾਂ ਕਰੀਏ, ਅਰਦਾਸਾਂ ਕਰੀਏ, ਸਤਿਗੁਰ ਸਾਡੀ ਸੁਣ। ਤੇ ਅੱਜ ਦਾ ਜਿਹੜਾ ਕੀਤਾ ਜਾ ਰਿਹਾ ਰੋਸ ਮਜਾਰਾ, ਇਹਦਾ ਕੀ ਮਕਸਦ ਆ?
ਇਹਦਾ ਮਕਸਦ ਇਹੀ ਆ ਕਿ ਜਿਹੜਾ ਸਾਡਾ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ 1984 ਵਿੱਚ ਜਿਹੜਾ ਵੱਡਾ ਜ਼ਖਮ ਸਾਡੇ ਹਿਰਦਿਆਂ ਤੇ ਹੋ ਗਿਆ ਸੀ, ਅੱਜ ਅਸੀਂ ਅਚੇਰ ਤੇ ਉਧੇੜ ਰਹੇ ਹਾਂ ਕਿ ਉਹਨੂੰ ਆਰਾਮ ਨਾ ਆ ਜਾਏ। ਔਰ ਇਹ ਜਿਹੜਾ ਇਕੱਠ ਹੈ ਖਾਲਸਾ ਹੀ ਜਾਹੋ ਜਲਾਲ ਵਿੱਚ ਰੰਗਿਆ ਹੋਇਆ ਇਹ ਸੁਨੇਹਾ ਦੇ ਰਿਹਾ ਜਿਹੜੇ ਹਜੇ ਵੀ ਸਾਡੇ ਭੁੱਲੜ ਜਾਂ ਭੁਲੱਕੜ ਵੀਰ ਨੇ, ਜਿਹੜੇ ਹਜੇ ਵੀ ਧਰਮ ਨੂੰ ਛੱਡ ਕੇ ਧੜਿਆਂ ਨੂੰ ਪਿਆਰੇ ਹੋਏ ਨੇ, ਉਹਨਾਂ ਨੂੰ ਇਹ ਸੁਨੇਹਾ ਦੇ ਰਿਹਾ ਖਾਲਸਾ ਹੀ ਜਾਹੋ ਜਲਾਲ ਕਿ ਧੜਿਆਂ ਨੂੰ ਛੱਡ ਕੇ ਧਰਮ ਦੇ ਸਿਧਾਂਤ ਤੇ ਚੱਲੀਏ। ਔਰ ਧਰਮ ਹੀ ਧਰਮ ਨਹੀਂ ਸਾਡੀ ਬਾਂਹ ਫੜਨੀ ਹੈ, ਧਰਮ ਨਾਲ ਹੀ ਅਸੀਂ ਅੱਗੇ ਵਧਣਾ। ਉਹ ਗੁਰੂ ਦੇ ਸਿਧਾਂਤ ਦੇ ਚੱਲਣ ਦਾ ਸਾਰਾ ਜਾਹੋ ਜਲਾਲ ਪ੍ਰੇਰਨਾ ਕਰ ਰਿਹਾ ਸਾਨੂੰ ਜੀ। ਅੱਜ ਦੇ ਖਾਸ ਸੁਨੇਹਾ ਇਹ ਹੈ ਕਿ ਆਪਸੀ ਮਤਭੇਦ ਸਾਡੇ ਹੋ ਸਕਦੇ ਆ, ਉਹਨਾਂ ਸਾਰਿਆਂ ਨੂੰ ਭੁਲਾ ਕੇ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ, ਪਿਤਾ ਦਸਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਿਤਾ ਮੰਨੀਏ, ਮਾਤਾ ਸਾਹਿਬ ਕੌਰ ਜੀ ਨੂੰ ਮਾਤਾ ਮੰਨ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਸਮਰਪਿਤ ਹੋ ਜਾਈਏ ਤਾਂ ਜੋ ਇੱਕ ਸਿਧਾਂਤ ਨਾਲ ਅਸੀਂ ਜੁੜ ਸਕੀਏ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।